ਸਨ ਘਰ ਮਾਰ ਗਿਆ, ਕੱਦਾਂ ਟੱਪ ਕੇ ਕੱਪੜੇ ਛੱਪੜੇ ਸਾਡੇ ਪਾੜ ਗਿਆ। ਵਰਗਾਮੇ ਦਾ ਸਾਨਾ ਘਰ ਮਾਰ ਵੀ ਗਿਆ, ਬੇਗੁਨਾਹ ਮਾਰ ਗਿਆ, ਸਾਡੇ ਕੱਪੜੇ ਪਾੜ ਗਿਆ, ਸਾਨ ਤਰੀਕੀ ਵੱਤਿਆ ਦੇ ਨਾਂ ਕੀ। ਉਹ ਤੂੰ ਸਾਡੀ ਸੁਣਦਾ ਹੀ ਕੋਈ ਨਹੀਂ ਪਿਆ, ਉਹਨਾਂ ਪਰਚਾ ਵੀ ਕਰਾਇਆ, ਸਾਡਾ ਭਾਈ ਵੀ ਬਣਾ ਛੱਡਿਆ ਹੀ ਨਹੀਂ, ਸਾਡੀ ਸੁਣਦਾ ਕੋਈ ਨਹੀਂ ਪਿਆ, ਥਾਣੇਦਾਰ ਜਿਹੜੇ ਨੂੰ ਉਹਨਾਂ ਵੀ ਕੋਈ ਨਹੀਂ ਸੁਣੀ, ਚੌਕੀ ਵਾਲੇ ਕੋਈ ਨਹੀਂ, ਕਿਸੇ ਕੋਈ ਨਹੀਂ ਸੁਣੀ ਸਾਡੀ ਗੱਲ, ਸਾਡੀ ਕੋਈ ਨਹੀਂ ਮੰਦਾ, ਸਾਡਾ ਕੀ ਕਸੂਰ ਹੈ, ਅਸੀਂ ਬੇਗੁਨਾਹ ਆਏ, ਸਾਨੂੰ ਮਾਰਿਆ ਹੀ ਨਹੀਂ। ਮਰੀਆਂ ਬੀਬੀ ਤੂੰ ਵੀ ਔਰਤ ਹੈ, ਮੈਂ ਵੀ ਔਰਤ ਹਾਂ, ਮੈਨੂੰ ਇਨਸਾਫ ਮਿਲਿਆ ਜਾ, ਸਾਨੂੰ ਕੋਈ ਨਹੀਂ ਸਾਡੀ ਸੁਣਦਾ ਮੰਦਾ ਪਿਆ। ਇਤਿਹਾਸ ਜ਼ਫਰਨਾਮੇ ਦਾ ਸਾਡੇ ਘਰ ਤੋੜਾ ਤੇ ਸਾਨੂੰ ਮਾਰ ਗਿਆ, 8-10 ਬੰਦੇ ਲਿਆ ਤੇ ਸਾਨੂੰ ਮਾਰਿਆ ਨੇ, ਸਾਡੇ ਕੱਪੜੇ ਪਾੜੇ ਨੇ, ਸਾਨੂੰ ਬੇਪਰਦ ਕੀਤਾ ਨੇ, ਅਸਾਂ ਮੁੜ ਉਹਨਾਂ ਸਾਡੇ ਉੱਤੇ ਝੂਠਾ ਪਰਚਾ ਲਾ ਛੱਡਿਆ, ਪਰਚਾ ਉਹਨਾਂ ਦਾ ਹੋ ਗਿਆ, ਸਾਡਾ ਬੰਦਾ ਫਸ ਗਿਆ, ਨਾ ਕੋਈ ਥਾਣੇਦਾਰ ਸੁਣਦਾ, ਨਾ ਵੱਡਾ ਮੁਨਸ਼ੀ ਸੁਣਦਾ, ਕੋਈ ਵੀ ਨਹੀਂ ਸੁਣਦਾ, ਨਾ ਸੱਚੋ ਸੁਣ। ਅੱਲਾ ਵਾਸਤੇ ਕਰਦੇ ਅਪੀਲ ਮੇਰੀ ਹੈ, ਮੇਰੇ ਬੱਚਿਆਂ ਨੇ ਮਾਰੇ ਨੇ ਤੇ ਮੈਂ ਨਹੀਂ ਮਾਰੇ, ਸਾਡੀ ਅੱਲਾ ਵਾਸਤੇ ਅਬ ਅਪੀਲ ਹੋ ਗਿਆ, ਸਾਨੂੰ ਇਨਸਾਫ ਮਿਲਿਆ ਜਾਵੇ। ਮੇਰਾ ਨਾਂ ਜ਼ਹੀਰ ਅਬਾਸ ਹੈ, ਵਾਲਦਲਾ ਦਿੱਤਾ ਕੌਮ ਖਿੱਚੀ ਮੌਜ਼ਾ ਮੰਗੀਣੀ। ਸਾਡੇ ਘਰ ਦੇ ਵਿੱਚ ਆ ਕੇ ਜ਼ਫਰ ਵਾਲਦ ਗਾਮਾ ਕੌਮ ਬੱਟੀ, ਉਸ 'ਤੇ ਸਾਡਾ ਰਿਸ਼ਤਿਆਂ ਦਾ ਰੌਲਾ ਹਾ ਪੁਰਾਣਾ, ਉਸ ਦੀ ਵਜ੍ਹਾ ਤੋਂ ਸਾਡੇ ਘਰ ਦੇ ਵਿੱਚ ਆ ਕੇ 10-12 ਮੰਦੇ ਲਿਆਣ ਕੇ ਉਹਨਾਂ ਸਾਨੂੰ ਬਹੁਤ ਜ਼ਿਆਦਾ ਮਾਰਿਆ ਸਾਡੇ ਘਰ ਦੇ ਵਿੱਚ। ਮੇਰੀਆਂ ਸਾਡੀਆਂ ਔਰਤਾਂ ਦੇ ਕੱਪੜੇ ਵੀ ਉਹਨਾਂ ਪਾੜੇ, ਇੱਕ ਮੇਰੇ ਭਾਈ ਦਾ ਸਿਰ ਵੀ ਉਹਨਾਂ ਪਾੜ ਦਿੱਤਾ ਹੈ, ਅਤੇ ਨਿੱਕੀਆਂ ਬੱਚੀਆਂ ਨੂੰ ਉਹਨਾਂ ਦਰੀਕਿਆ ਵੀ ਹੈ ਘਰ ਦੇ ਵਿੱਚ। ਅਸਾਂ ਫਿਰ ਦਰਖਾਸਤ ਦਿੱਤੀ ਚੌਕੀ 'ਤੇ, ਨਾ ਥਾਣੇਦਾਰ ਸਾਡੀ ਕੋਈ ਗੱਲ ਸੁਣੀਏ, ਨਾ SHO ਸਾਹਿਬ ਸੁਣੀਏ, ਨਾ ਕੋਈ DSP ਸਾਹਿਬ ਸੁਣੀਏ। 12 ਦਿਨ ਹੋ ਗਏ ਸਾਨੂੰ ਭੱਜ ਭੱਜ ਕੇ, ਸਾਡੀ ਕੋਈ ਵੀ ਗੱਲ ਨਹੀਂ ਸੁਣਦਾ। ਉਹਨਾਂ ਬਾਅਦ ਇਹ ਦਰਖਾਸਤ ਵੀ ਦੇ ਲਈ, ਸਾਡੇ ਉੱਤੇ ਪਰਚਾ ਵੀ ਉਹਨਾਂ ਕਰਵਾ ਲਿਆ ਹੈ। ਮੇਰੀ ਅਪੀਲ ਹੈ ਹਕੂਮਤ ਪੰਜਾਬ ਅੱਗੇ ਔਰ RPO ਸਾਹਿਬ ਅੱਗੇ ਔਰ DPO ਚਨਿਓੜ ਸਾਹਿਬ ਅੱਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਦੀ ਕੰਡ ਦੇ ਉੱਤੇ ਸਿਆਸੀ ਲੋਕ ਹੈ ਜਿਹੜੀ ਉਹਨਾਂ ਦੀ ਪਾਸਦਾਰੀ ਕਰਦੇ ਪੈਣ, ਸਾਡੇ ਨਾਲ ਅੱਲਾਹ ਤੋਂ ਸਿਵਾ ਹੋਰ ਕੋਈ ਬੰਦਾ ਵੀ ਨਹੀਂ, ਅਤੇ ਪੁਲਿਸ ਵੀ ਸਾਡੀ ਕੋਈ ਗੱਲ ਨਹੀਂ ਸੁਣਦੀ ਪਈ। ਸਾਨੂੰ 12 ਦਿਨ ਹੋ ਗਏ ਭੱਜ 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 ਕੇ, ਅਸੀਂ ਗਰੀਬ ਬੰਦੇ ਹਾਂ। ਬਹੁਤ ਮਿਹਰਬਾਨੀ ਹੋ ਸੀ ਹਕੂਮਤ ਪੰਜਾਬ ਅੱਗੇ। ਮਰੀਅਮ ਨਿਵਾਸ਼ ਰਿਹਾ।